ਟਰੈਕਟਰ ਟਰਾਲੀ ਦੀ ਲਪੇਟ ਵਿੱਚ ਆਉਣ ਨਾਲ 3 ਔਰਤਾਂ ਸਮੇਤ 4 ਜ਼ਖਮੀ। ਹੁਸ਼ਿਆਰਪੁਰ ਫਗਵਾੜਾ ਮੁੱਖ ਮਾਰਗ ਪਾਂਸ਼ਟਾ ਮੋੜ 'ਤੇ ਟਰੈਕਟਰ ਟਰਾਲੀ ਦੀ ਲਪੇਟ ਵਿੱਚ ਆਉਣ ਨਾਲ 3 ਔਰਤਾਂ ਜ਼ਖਮੀ ਹੋ ਗਈਆਂ, ਜਦਕਿ ਟਰੈਕਟਰ ਚਾਲਕ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਪਾਂਸ਼ਟਾ ਮੋੜ 'ਤੇ ਬਣੇ ਬੱਸ ਸ਼ੈੱਡ 'ਤੇ 3 ਔਰਤਾਂ ਬੱਸ ਦਾ ਇੰਤਜ਼ਾਰ ਕਰ ਰਹੀਆਂ ਸਨ ਕਿ ਫਗਵਾੜਾ ਵਾਲੀ ਸਾਈਡ ਤੋਂ ਆਇਆ ਟਰੈਕਟਰ ਟਰਾਲੀ ਚਾਲਕ ਪਾਂਸ਼ਟਾ ਵੱਲ ਨੂੰ ਮੁੜਨ ਸਮੇਂ ਟਰੈਕਟਰ ਤੋਂ ਸੰਤੁਲਨ ਗੁਆ ਬੈਠਾ ਅਤੇ ਟਰੈਕਟਰ ਨੇ ਸ਼ੈੱਡ ਸਾਹਮਣੇ ਖੜ੍ਹੀਆਂ ਔਰਤਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਹਾਦਸੇ ਵਿੱਚ ਬੱਸ ਸ਼ੈੱਡ ਵੀ ਕਾਫੀ ਨੁਕਸਾਨਿਆ ਗਿਆ, ਜਦਕਿ ਟਰੈਕਟਰ ਬੁਰੀ ਤਰ੍ਹਾਂ ਚਕਨਾਚੂਰ ਹੋ ਗਿਆ। ਹਾਦਸੇ ਤੋਂ ਬਾਅਦ ਔਰਤਾਂ ਨੂੰ ਪਾਂਸ਼ਟਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਦਕਿ ਟਰੈਕਟਰ ਚਾਲਕ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ DMC ਰੈਫਰ ਕਰ ਦਿੱਤਾ ਗਿਆ।